ਸਾਡੇ ਪ੍ਰੋਗਰਾਮਾਂ 'ਚ ਪੁੱਤ ਕਲੇਸ਼ ਪੈਣਾ ਹੀ ਪੈਣਾ ਹੁੰਦਾ ਮੰਮੀ ਤੁਸੀਂ ਸਹੀ ਕਿਹਾ ਸਾਡੇ ਘਰ ਕੋਈ ਵੀ ਪ੍ਰੋਗਰਾਮ ਹੋ ਜੇ ਉਹ ਵੀ ਕਲੇਸ਼ ਤੋਂ ਬਗੈਰ ਮੈਂ ਮੰਨਦਾ ਨਹੀਂ ਆ ਜੇ ਸਾਡੇ ਮੂੰਹ ਚੁੱਪ ਰਹਿਣ ਤਾਂ ਫਿਰ ਰਿਸ਼ਤੇਦਾਰਾਂ ਦੇ ਖੁੱਲ ਜਾਂਦੇ ਆ ਜੇ ਰਿਸ਼ਤੇਦਾਰਾਂ ਦੇ ਚੁੱਪ ਹੁਣ ਫਿਰ ਪਤਾ ਨਹੀਂ ਕਿਤਨਾ ਕਿਤਨਾ ਚਿਚੜ ਛੇੜ ਜਾਂਦੀ ਐ ਤੇ ਕਲੇਸ਼ ਪੈ ਜਾਂਦਾ ਗੱਲ ਕੀ ਹੋਈ ਏ ਤੈਨੂੰ ਪਤਾ ਨਾ ਤੇਰੇ ਵੱਡੇ ਭਰਾ ਦਾ ਵਿਆਹ ਭਰਿਆ ਕਰ ਹਾਂ ਰਾਤੀ ਜਾਗੋ ਹੀ ਤੇ ਤੇਰੀ ਜਲੰਧਰ ਵਾਲੀ ਮਾਮੀ ਆਂਦੀ ਵੀ ਸਿਰ ਤੇ ਜਾਗੋ ਮੈਂ ਚੁਕਣੀ ਆ ਫਿਰ ਜਾਗੋ ਹੀ ਉਹ ਲਾਈਟਾਂ ਵਾਲੀ ਜਿਹੜੀ ਅੱਜ ਕੱਲ ਚੱਲਦੀ ਐ ਤੇ ਮਾਮੀ ਤੇਰੀ ਕਹਿੰਦੀ ਮੈਂ ਚੁਕਣੀ ਆ ਤੇਲ ਵਾਲੀ ਜਿਹੜੇ ਤੇਲ ਪੈਂਦਾ ਉਹ ਤੇਲ ਵਾਲੀ ਜਾਗੋ ਕਿੱਥੋਂ ਮਿਲਦੀ ਅੱਜ ਕੱਲ ਜਾਗੋ ਗੱਲ ਸੁਣ ਤੇਰੀ ਵੱਡੀ ਮਾਮੀ ਲੁਧਿਆਣੇ ਵਾਲੀ ਉਹਦੀ ਕਰਤੂਤ ਵੇਖ ਲੈ ਅੱਛਾ ਉਹ ਤੇਲ ਵਾਲੀ ਜਾਗੋ ਕੱਢ ਲਈ ਗੱਡੀ ਚੋਂ ਵੱਡੀ ਮਾਮੀ ਆਹੋ ਵੱਡੀ ਆਪਣੀ ਜਾਗੋ ਸਿਰ ਤੇ ਰੱਖੀ ਫਿਰੇ ਕੱਲੀ ਉਹ ਪਹਿਲੇ ਲਈ ਹੀ ਗੱਡੀ 'ਚ ਤੇਰੀ ਨਿੱਕੀ ਮਾਮੀ ਨੂੰ ਸਾਰਨ ਵਾਸਤੇ ਤੇ ਉਹੀ ਮੌਕਾ ਸਾਂਭ ਲਈਏ ਫਿਰ ਮੁੱਕੀ ਤੇਰੀ ਮਾਮੀ ਲੈਕਾਂ ਲਈ ਜਾ ਗੋਲਾ ਕੇ ਸੱਜੇ ਪਾਸੇ ਤੂੰ ਹੀ ਫਰੇਂ ਮੰਡੀ ਮਾਮੀ ਦੀ ਵੈਲੀ ਜਾ ਗੋਰਾ ਕੇ ਸਿਰ ਤੇ ਉਹ ਖੱਬੇ ਪਾਸੇ ਤੂੰ ਹੀ ਫਰੇਂ ਅੱਗੇ ਜੀ 15 16 ਆ ਕਿੱਧਰ ਕਿੱਧਰ ਹੋਏ ਫਿਰ ਵੀ ਜਿਵੇਂ 1947 ਦੇ ਵਿੱਚ ਪਾਕ ਪਾਕਿਸਤਾਨ ਦੀ ਵੰਡਾਈ ਨਾ ਉਦਾਂ ਇੱਥੇ ਰਿਸ਼ਤੇਦਾਰਾਂ ਚ ਵੰਡੋ ਇਹਦੇ ਛੋਟੀ ਮਾਮੀ ਵਾਲ ਤੋਂ ਰੇ ਫਿਰ ਨਾ ਵੱਡੀ ਮਾਮੀ ਵਾਲ ਤੋਂ ਰੇ ਫਿਰ ਨਾ ਤੇ ਵਿਆਹ ਆ ਮੁੰਡਾ ਮਾਮੀਆਂ ਦਾ ਮਾਨਤਾਂ ਰੱਖਣ ਵਾਸਤੇ ਕਦੀ ਸੱਜੇ ਪਾਸੇ ਜੇ ਭੱਜ ਕੇ ਕਦੀ ਖੱਬੇ ਪਾਸੇ ਜਾਵੇ ਫਿਰ ਘਰੋਂ ਹੀ ਭੱਜ ਗਿਆ ਵਿਚਾਰ ਲੱਭਣ ਨਹੀਂ ਡਿਆ ਵਿਆਹ ਵਾਲਾ ਮੁੰਡਾ ਨਹੀਂ ਲੱਭਣ ਡ ਮਾਮੀਆਂ ਨੂੰ ਕਿਆ ਹੋ ਗਿਓ ਚੌੜੀਆਂ ਬਈ ਵੀਰੇ